ਸਤਿ ਸ਼੍ਰੀ ਅਕਾਲ ਡੀ ਫਾਈਵ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ। DHO ਲਖਵੀਰ ਸਿੰਘ ਜੋ ਕਿ ਧਾਕੜ ਅਫਸਰ ਦੇ ਨਾਮ ਨਾਲ ਵੀ ਜਾਣੇ ਜਾਂਦੇ ਸੀ, ਜਿਨ੍ਹਾਂ ਨੇ ਆਪਣੇ DHO ਦੇ ਅਹੁਦੇ ਤੋਂ ਰਿਟਾਇਰਮੈਂਟ ਲੈ ਕੇ, ਇਹ ਚਰਚਾਵਾਂ ਉਹਨਾਂ ਦੀਆਂ ਚੱਲ ਰਹੀਆਂ ਸੀ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰਨ ਜਾ ਰਹੇ ਨੇ, ਪਰ ਹੁੰਦਾ ਕੀ ਹੈ, ਉਹ ਉਸ ਤੋਂ ਥੋੜਾ ਸਮਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲੈਂਦੇ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਰਹਿਨੁਮਾਈ ਦੇ ਹੇਠ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਲੈਂਦੇ ਨੇ। ਪਰ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਆ ਜਾਂਦੇ ਨੇ। ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਉਹ ਕਾਂਗਰਸ ਪਾਰਟੀ ਜੁਆਇਨ ਕਰਦੇ ਨੇ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੀ ਕਾਰਨ ਰਹੇ ਉਹਨਾਂ ਨੇ ਕੁਝ ਹੀ ਮਹੀਨਿਆਂ ਦੇ ਵਿੱਚ, ਮਹੀਨਾ ਜਾਂ 2 ਮਹੀਨੇ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਦਾ ਸਾਥ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ। ਤਾਂ ਅਸੀਂ ਡਾਕਟਰ DHO ਲਖਵੀਰ ਸਿੰਘ ਉਹਨਾਂ ਦੇ ਨਾਲ ਫੋਨ ਕਾਲ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂ ਸਰ, ਸਵਾਗਤ ਹੈ ਤੁਹਾਡਾ D5 ਚੈਨਲ ਪੰਜਾਬੀ ਤੇ। ਸ਼ੁਕਰੀਆ ਜੀ, ਥੈਂਕ ਯੂ। ਸਰ, ਸਭ ਤੋਂ ਪਹਿਲਾਂ ਮੈਂ ਇਹੀ ਕੁਐਸਚਨ ਕਰੂੰਗਾ ਤੁਹਾਨੂੰ ਕਿ ਕੀ ਕਾਰਨ ਰਹੇ ਕਿ ਤੁਸੀਂ ਅਕਾਲੀ ਦਲ ਛੱਡ ਕੇ ਕਾਂਗਰਸ ਜੁਆਇਨ ਕਰ ਲਿੱਤੀ? ਅਕਾਲੀ ਦਲ ਚ ਜਿਹੜਾ ਮੇਨ ਕਾਰਨ ਜਿਹੜਾ ਲੱਗਾ ਵੀ ਜਿਹੜਾ ਇਸ਼ੂ ਕੁਛ ਇਹੋ ਜਿਹਾ ਵੀ ਆ ਜਿਹੜਾ ਮੈਂ ਡਿਸਕਸ ਨਹੀਂ ਕਰਨਾ ਚਾਹੁੰਦਾ ਵੀ, ਜਿਹਦੇ ਕਰਕੇ ਉਹਨਾਂ ਨੇ ਜਿਹੜਾ ਉਹਨਾਂ ਦਾ ਪਰਿਵਾਰ, ਸਾਡਾ ਡਿਸਟ੍ਰਿਕਟ ਦਾ ਪਰਿਵਾਰ ਅਕਾਲੀ ਦਲ ਦਾ ਸੀ ਜੀ, ਉਹਨਾਂ ਦੇ ਵਿੱਚ ਮੈਨੂੰ ਲੱਗਾ ਹੀ ਨਹੀਂ ਵੀ ਉਹ ਮੈਨੂੰ ਉਹਨਾਂ ਨੇ ਪ੍ਰਵਾਨ ਕੀਤਾ ਜਾਂ ਕੋਈ ਵੀ ਇਵੈਂਟ ਜਾਂ ਕੋਈ ਮੀਟਿੰਗ ਆ ਜਾਂ ਐਕਟੀਵਿਟੀ ਹੁੰਦੀ ਤੇ ਮੈਨੂੰ ਕਦੇ ਪੁੱਛਿਆ ਗਿਆ ਜਾਂ ਮੈਨੂੰ ਕਨਵੇ ਕੀਤਾ ਗਿਆ, ਕਦੀ ਇੱਦਾਂ ਲੱਗਾ ਹੀ ਨਹੀਂ। ਮੈਨੂੰ ਲੱਗਾ ਹੀ ਨਹੀਂ ਕਦੇ ਵੀ ਮੈਂ ਅਕਾਲੀ ਦਲ ਜੁਆਇਨ ਕੀਤੀ ਆ, ਮੈਂ ਇਸ ਪਰਿਵਾਰ ਦਾ ਮੈਂਬਰ, ਇੱਦਾਂ ਫੀਲ ਹੀ ਨਹੀਂ ਮੈਨੂੰ ਹੋਇਆ। ਨਹੀਂ ਤਾਂ ਮੈਂ ਉਹਦੇ ਵਿੱਚ ਵਰਕ ਕਰਨਾ, ਉਹਦਾ ਸ਼ਾਮਿਲ ਹੋਣਾ, ਉਹਦੇ ਹਰ ਐਕਟੀਵਿਟੀ ਜੁਆਇਨ ਕਰਨੀ, ਉਹ ਤਾਂ ਜ਼ਰੂਰੀ ਹੁੰਦੀ ਨਾ ਤੁਹਾਡੀ। ਤੇ ਦੂਜੀ ਗੱਲ ਆ ਵੀ ਜਿਹੜੀ ਮੈਂ ਪ੍ਰਧਾਨ ਜੀ ਨੂੰ ਜਿਹੜਾ ਵਾਰ ਵਾਰ ਇਹ ਦੱਸਿਆ, ਮੋਰ ਓਵਰ ਮੈਨੂੰ ਇਹ ਕਮਿਟਮੈਂਟ ਕੀਤੀ ਗਈ ਸੀ, ਮੈਨੂੰ ਵਾਰ ਵਾਰ ਇਹ ਵੀ ਕਿਹਾ ਗਿਆ ਸੀ ਵੀ ਅਸੀਂ ਤੁਹਾਨੂੰ MP ਬਣਾਉਣਾ ਡਾਕਟਰ ਸਾਹਿਬ, ਅਸੀਂ ਤੁਹਾਨੂੰ ਇਲੈਕਸ਼ਨ ਲੜਾਉਣਾ। ਇਹ ਗੱਲ ਮੈਨੂੰ ਕਹੀ ਗਈ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ, ਔਰ ਮੇਰੀ ਬੜੀ ਗ੍ਰੇਸਫੁਲੀ ਜੁਆਇਨਿੰਗ ਹੋਈ ਸੀ, ਮੈਨੂੰ ਅੱਛਾ ਲੱਗਾ ਸੀ, ਬਹੁਤ ਵਧੀਆ। ਤੇ ਪਰ ਜਦੋਂ ਉਹ ਟਿਕਟ ਦਾ ਵੀ ਹੋ ਗਿਆ ਫਿਰ ਮੈਨੂੰ ਲੱਗਾ ਵੀ ਟਿਕਟ ਚਲੋ ਹੋ ਗਈ, ਪਰ ਆਪਾਂ ਜੇ ਕੈਂਡੀਡੇਟ ਲਈ ਵੀ ਕੰਮ ਕਰਨਾ ਤਾਂ ਥੱਲੇ ਜਿਹੜਾ ਟੀਮ ਹੈ ਸਾਰੀ, ਉਹਨਾਂ ਦਾ ਤਾਲਮੇਲ ਜ਼ਰੂਰੀ ਹੈ ਨਾ। ਉਹ ਤੋਂ ਕੋਈ ਤਾਲਮੇਲ ਮੈਨੂੰ ਕੋਈ ਨਾਲ ਲੈ ਕੇ ਚੱਲਣ ਨੂੰ ਹੈ ਹੀ ਨਹੀਂ, ਏਦਾਂ ਲੱਗ ਹੀ ਨਹੀਂ ਰਿਹਾ। ਤੇ ਫਿਰ ਉੱਥੇ ਪਰਿਵਾਰ ਚ ਕੰਮ ਕਰਨ ਦਾ ਕਾਫੀ ਸਮਾਂ ਵੇਟ ਕੀਤਾ, ਜਦੋਂ ਲੱਗਿਆ ਵੀ ਕੋਈ ਹੈ ਹੀ ਨਹੀਂ, ਕੋਈ ਆਪਣਾ ਪਨ ਜਾਂ ਏਦਾਂ ਲੱਗਿਆ ਨਹੀਂ ਵੀ ਕੋਈ ਨਾਲ ਲੈ ਕੇ ਚੱਲੇ, ਉਹ ਚੀਜ਼ ਹੈ। ਫਿਰ ਇਸ ਕਰਕੇ ਫਿਰ ਸੋਚਿਆ ਵੀ ਨਹੀਂ ਯਾਰ, ਕਿਸੇ ਕਿਤੇ ਤੱਕ ਮਤਲਬ ਕੋਈ ਅੱਛਾ ਡਿਸੀਜਨ ਹੋਰ ਲਿਆ ਜਾਵੇ। ਉਹ ਡਿਸੀਜਨ ਚ ਫਿਰ ਮੇਰਾ ਜੋ ਮੈਂ ਸੋਚ ਕੇ ਸੋਚਿਆ ਤਾਂ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਦਾ ਮੈਂ ਮਨ ਬਣਾਇਆ ਜੀ। ਜਦੋਂ ਸਰ ਤੁਸੀਂ ਹੁਣ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ, ਕੀ ਉਹਨਾਂ ਦੇ ਨਾਲ ਕੋਈ ਵਾਅਦਾ ਹੋਇਆ ਟਿਕਟ ਦਾ ਜਾਂ ਵੀ ਤੁਹਾਨੂੰ MP ਦੀ ਟਿਕਟ ਦਿੱਤੀ ਜਾਊਗੀ ਜਾਂ ਜਿਹਾ ਕੁਝ? ਨਹੀਂ ਨਹੀਂ, ਇਦਾਂ ਦੀ ਕੋਈ ਨਹੀਂ ਹੈਗਾ, ਹੁਣ ਵਾਅਦਾ ਨਹੀਂ। ਹੁਣ ਤਾਂ ਵੈਸੇ ਟਿਕਟਾਂ ਤਾਂ ਸਾਰੀਆਂ ਅਨਾਊਂਸ ਹੀ ਹੋ ਚੁੱਕੀਆਂ ਜੀ, ਹੁਣ ਤਾਂ ਇਹੀ ਕਿਹਾ ਗਿਆ ਵੀ ਜਿਹੜਾ ਵੀ ਕੈਂਡੀਡੇਟ ਖੜਾ ਆ ਉਹਦੀ ਸਪੋਰਟ ਕਰੋ, ਡਟ ਕੇ ਮਿਹਨਤ ਕਰੋ ਤੇ ਉਹਨੂੰ ਜਿਤਾਈਏ, ਹੁਣ ਤਾਂ ਇਹੀ ਟੀਚਾ ਆ ਮੋਰੇ। ਸਰ, ਇੱਕ ਪਹਿਲਾਂ ਤੁਹਾਡੀਆਂ ਇਹ ਵੀ ਚਰਚਾਵਾਂ ਚੱਲ ਰਹੀਆਂ ਸੀ ਜਦੋਂ ਤੁਸੀਂ ਆਪਣੀ ਬਤੌਰ DHO ਦੀ ਨੌਕਰੀ ਦੇ ਉੱਤੋਂ ਰਿਟਾਇਰਮੈਂਟ ਲਿੱਤੀ ਸੀਗੀ ਕਿ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹੋ, ਕੀ ਉਹਦੇ ਵਿੱਚ ਕਿੰਨੀ ਕੁ ਸੱਚਾਈ ਸੀਗੀ? ਦੇਖੋ, ਆਮ ਆਦਮੀ ਪਾਰਟੀ ਦੀ ਜੁਆਇਨਿੰਗ ਦੀ ਗੱਲ ਜਿਹੜੀ ਸੀਗੀ ਉਹ ਇੱਕ ਬਹੁਤ ਜ਼ਿਆਦਾ ਪਰਿਵਾਰਕ ਸਾਂਝ ਸੀਗੀ, ਪਰ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਸਾਡਾ ਸਾਰੇ ਆਪਣੇ ਆ, ਸਾਰੇ ਨਾਲ ਪਿਆਰ ਵੀ ਸੀਗਾ। ਪਰ ਉਹਨਾਂ ਨੇ ਉਸੇ ਕਰਕੇ ਹੀ ਜਿਹੜੀ ਆ ਜੋਬ ਜਿਹੜੀ ਆ ਮੈਂ ਛੱਡੀ, ਕਿਉਂਕਿ ਉਹਨਾਂ ਵੱਲੋਂ ਇਹੀ ਕਿਹਾ ਗਿਆ ਸੀ ਵੀ ਤੁਹਾਨੂੰ ਲੜਾਵਾਂਗੇ, MP ਬਣਾਵਾਂਗੇ,
ਤੇ ਤੁਹਾਡਾ ਇਲੈਕਸ਼ਨ ਲੜਾਂਗੇ, ਉੱਥੋਂ ਹੀ ਤਾਂ ਸੀਗਾ ਜਿਹੜਾ ਮੇਨ ਸੀਗਾ ਵੀ ਅਸੀਂ ਜਾਣ ਦਾ ਸੋਚਿਆ ਵੀ ਚਲੋ ਰਾਜਨੀਤੀ, ਨਹੀਂ ਤਾਂ ਰਾਜਨੀਤੀ ਜਾਣ ਦਾ ਤਾਂ ਆਉਣਾ ਹੀ ਨਹੀਂ ਸੀਗਾ ਜੀ ਇੱਧਰ ਉਦੋਂ ਹੀ। ਉਹ ਜੀ ਪਾਰਟੀ ਜਿਹੜੀ ਜੋਬ ਕੁਇਟ ਕੀਤੀ ਹੈ ਉਹ ਇਸੇ ਕਰਕੇ ਕੀਤੀ, ਜੀ ਮੀਟਿੰਗ ਹੋਈ ਆ। ਫਿਰ ਜਿਹੜੀ ਜੁਆਇਨਿੰਗ ਦੀ ਗੱਲ ਆ ਉਹ ਸਾਨੂੰ ਆਪ ਬੁਲਾਇਆ ਗਿਆ ਜੀ ਸਾਨੂੰ, ਸੀਗਾ ਵੀ ਤੁਸੀਂ ਆਓ। ਇਨ ਬਿਟਵੀਨ ਫਿਰ ਕਹਿਤਾ ਵੀ ਨਹੀਂ ਹੋਲਡ ਕਰ ਦਿੱਤੀ ਜੁਆਇਨਿੰਗ, ਨਹੀਂ ਮਤਲਬ ਅਜੇ ਕਰ ਰਹੇ। ਸੋ ਜੀ ਮਤਲਬ ਉਹ ਜਿਹੜਾ ਇੱਕ ਚੀਜ਼ ਸੀ, ਉਸ ਤੋਂ ਬਾਅਦ ਬਾਦਲ ਸਾਹਿਬ ਨੇ ਆਪ ਬੁਲਾਇਆ ਵੀ ਤੁਸੀਂ ਆਓ ਬੈਠਣਾ ਤੁਹਾਡੇ ਜੀ ਨਾਲ, ਤੇ ਉੱਥੇ ਬੜਾ ਵਧੀਆ ਲੱਗਾ, ਬਹੁਤ ਅੱਛਾ ਲੱਗਾ ਸੀ। ਚਲੋ ਇੱਕ ਵੱਡੀ ਪਾਰਟੀ ਹੈ ਜਾਂ ਉਹਨਾਂ ਦੇ ਇੱਦਾਂ, ਪਰ ਉਹਦੇ ਤੋਂ ਬਾਅਦ ਜਿਹੜਾ ਆ ਜੋ ਤਜਰਬਾ ਹੋਇਆ ਉਹ ਤਜਰਬਾ ਜਿਹੜਾ ਉਹ ਇੱਦਾਂ ਦਾ ਹੋਇਆ ਵੀ ਮੈਂ ਮਤਲਬ ਮੈਨੂੰ ਲੱਗਾ ਵੀ ਇੱਥੇ ਰਹਿਣਾ ਵਾਜਬ ਹੀ ਨਹੀਂ ਹੈਗਾ, ਔਰ ਜਿਹੜੀ ਚੀਜ਼ ਦੀ ਪ੍ਰੋਬਲਮ ਇਹਨਾਂ ਨੂੰ ਤਾਂ ਸਦਾ ਹੀ ਰਹਿਣੀ ਆ ਫਿਰ ਸਾਡੇ। ਔਰ ਇੱਥੇ ਮੈਨੂੰ ਲੱਗਾ ਵੀ ਇਹ ਫਿੱਟ ਹੈ, ਇੱਥੇ ਫਿਟੈਸਟ ਹੈ ਵੀ, ਕਿਉਂਕਿ ਕਾਂਗਰਸ ਪਾਰਟੀ ਜਿਹੜੀ ਉਹ ਸਮੱਸਿਆ ਆ, ਕੋਈ ਵੀ ਕਿਸੇ ਧਰਮ ਨੂੰ ਵੀ ਮੰਨੋ ਕਿਸੇ ਜਾਤੀ ਦੇ ਹੋਵੋ, ਹਰ ਚੀਜ਼ ਨੂੰ ਐਕਸੈਪਟ ਕੀਤਾ ਜਾਂਦਾ ਔਰ ਵੈਲਕਮ ਕੀਤਾ ਜਾਂਦਾ, ਹਰ ਇੱਕ ਨੂੰ ਪਿਆਰ ਬਰਾਬਰ ਮਿਲਦਾ। ਇਸ ਕਰਕੇ ਫਿਰ ਇੱਧਰ ਇੱਧਰ ਜਿਹੜਾ ਆਪਾਂ ਜੁਆਇਨ ਕੀਤਾ। ਲੱਗਦਾ ਸਰ ਤੁਹਾਨੂੰ ਹੁਣ ਤੁਸੀਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਕਿ ਤੁਹਾਨੂੰ ਉਹ ਬਣਦਾ ਮਾਨ ਸਤਿਕਾਰ ਹੈ ਜਿਹੜਾ ਜਿਹੜਾ ਤੁਸੀਂ ਚਾਹੁੰਦੇ ਹੋ, ਜਿਹੜਾ ਤੁਹਾਨੂੰ ਐਸੇ ਬਤੌਰ DHO ਮਿਲਦਾ ਸੀ, ਉਹ ਪਿਆਰ ਮਿਲਦਾ ਸੀ ਲੋਕਾਂ ਤੋਂ, ਕਿ ਉਹ ਕਾਂਗਰਸ ਪਾਰਟੀ 'ਚ ਮਿਲੂਗਾ ਤੁਹਾਨੂੰ? ਪੂਰਾ ਮੈਨੂੰ ਲੱਗਦਾ ਜੀ ਮਿਲੂਗਾ, ਇਸੇ ਆਸ ਨਾਲ ਹੀ ਬੰਦਾ ਹੁੰਦਾ, ਇਸੇ ਇਸੇ ਵਿਸ਼ਵਾਸ ਨਾਲ ਹੀ ਆਏ ਆ। ਸਰ ਇੱਕ ਔਰ ਮਿਲਿਆ ਵੀ ਜੀ, ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਸਿਆਸਤਦਾਨਾਂ ਦਾ ਕੋਈ ਸਟੈਂਡ ਨਹੀਂ ਹੁੰਦਾ, ਅਕਸਰ ਆਪਾਂ ਦੇਖਦੇ ਹਾਂ ਲੋਕ ਕਹਿੰਦੇ ਆ ਕਿ ਸਿਆਸਤ ਦਾ ਕੋਈ ਸਟੈਂਡ ਨਹੀਂ ਹੁੰਦਾ, ਕੀ ਲੱਗਦਾ ਕਿਤੇ ਨਾ ਕਿਤੇ ਤੁਹਾਨੂੰ ਵੀ ਇਸ ਚੀਜ਼ ਨੂੰ ਲੈ ਕੇ ਲੋਕ ਤੁਹਾਨੂੰ ਵੀ ਕਹਿਣਗੇ ਅਜਿਹਾ ਕੁਝ, ਸੋਚਣਗੇ ਤੁਹਾਡੇ ਬਾਰੇ ਵੀ? ਕਰਨਗੇ ਕਮੈਂਟ ਜੀ, ਪਰ ਗੱਲ ਇੱਕ ਆ ਵੀ ਜਿਹੜਾ ਸਟੈਂਡ ਦੀ ਗੱਲ ਇਹ ਹੈ ਵੀ ਮੈਂ ਜੇ ਪਾਰਟੀ ਛੱਡੀ ਆ ਜਾਂ ਕੋਈ, ਤਾਂ ਮੈਂ ਤਾਂ ਇਹ ਦੇਖਦਾ ਵੀ ਉਹਨਾਂ ਨੂੰ ਉਹ ਬੰਦੇ ਪਾਰਟੀ ਛੱਡ ਕੇ ਵੀ ਗਏ ਆ ਜਿਹਨਾਂ ਨੂੰ MP ਵੀ ਬਣਾਇਆ, ਮੰਤਰੀ ਵੀ ਬਣਾਇਆ, MP ਦੀ ਟਿਕਟ ਵੀ ਦਿੱਤੀ ਗਈ ਆ, ਤੇ ਮੈਨੂੰ ਤਾਂ ਇਹੋ ਜਿਹਾ ਕਿਤੇ ਵੀ ਕੋਈ ਅਜੇ ਦਿੱਤਾ ਨਹੀਂ ਗਿਆ, ਕੋਈ ਕੋਈ ਨਾ ਮੈਂ ਕਿਸੇ ਦਾ ਮੈਨੂੰ ਕੋਈ MP ਬਣਾਇਆ, ਨਾ ਕੋਈ ਮੈਂ ਕਿਸੇ ਦਾ ਅਹੁਦਾ ਪਦ ਮਿਲਿਆ, ਤੇ ਮੇਰੇ ਤੇ ਤਾਂ ਇੱਦਾਂ ਦਾ ਅਹਿਸਾਨ ਵੀ ਨਹੀਂ ਕਿਸੇ ਦਾ, ਤੇ ਮੈਂ ਕੋਈ ਨਾ ਕੋਈ ਮਤਲਬ ਬੈਸਟ ਆਪਣੇ ਮੁਤਾਬਕ ਤਾਂ ਦੇਖਣਾ ਨਾ ਵੀ ਕਿਹੜੀ ਪਾਰਟੀ ਚ ਮੈਂ, ਅਗਰ ਮੈਂ ਪੋਲੀਟੀਕਲ ਖੇਤਰ ਵਾਸਤੇ ਜੋਬ ਛੱਡੀ ਤਾਂ ਮੈਂ ਕਿਹੜੀ ਬੈਸਟ ਅਪਰਚੁਨਿਟੀ ਮੈਨੂੰ ਲੱਗਦੀ ਆ, ਮੈਂ ਉਹ ਡਿਸਾਈਡ ਕੀਤਾ। ਹਾਂ ਇੱਕ ਸਰ ਪਾਰਟੀ ਬਦਲਣ ਨੂੰ ਲੈ ਕੇ ਨਾ ਇਹ ਵੀ ਕਿਹਾ ਜਾਂਦਾ ਹੈ ਅਕਸਰ ਵਿਧਾਨ ਸਭਾ ਦੇ ਵਿੱਚ ਵੀ, ਪਿੱਛੇ ਜੇ ਜਿਵੇਂ ਦਲ ਬਦਲੀਆਂ ਦਾ ਸਿਲਸਿਲਾ ਜਾ ਰਹੀ ਸੀਗਾ, ਕੋਈ BJP ਨੂੰ ਛੱਡ ਕੇ ਕਾਂਗਰਸ 'ਚ ਜਾ ਰਿਹਾ, ਕੋਈ ਕਾਂਗਰਸ ਛੱਡ ਕੇ BJP 'ਚ ਜਾ ਰਿਹਾ ਸੀ, ਤਾਂ ਇੱਕ ਮਾਨ ਸਾਹਿਬ ਉਹਨਾਂ ਨੇ CM ਸਾਹਿਬ ਨੇ ਵੀ ਇੱਕ ਗਾਣਾ ਗਾਇਆ ਸੀ ਕਿ ਮੇਰਾ ਯਾਰ ਤਿੱਤਲੀਆਂ ਵਰਗਾ, ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਨਹੀਂ ਉਹ ਠੀਕ ਹੈ ਜੋ ਉਹਨਾਂ ਨੇ ਕਿਹਾ, ਤੁਹਾਨੂੰ ਵੀ ਉਹ ਤਿੱਤਲੀ ਦਾ ਖਿਤਾਬ ਤਾਂ ਨਹੀਂ ਦੇ ਦਿੱਤਾ ਜਾਊਗਾ? ਨਹੀਂ ਉਹ ਜੋ ਕਹਿਣਗੇ ਉਹ ਅਲੱਗ ਗੱਲ ਹੈ, ਪਰ ਮੈਨੂੰ ਇਦਾਂ ਲੱਗਦਾ ਵੀ ਕਿਤੇ ਇਦਾਂ ਦਾ ਥੱਲੇ ਕੋਈ ਸ਼ਹਿਦ ਜਾਂ ਕੋਈ ਇਦਾਂ ਦੀ ਕੋਈ ਚੀਜ਼ ਜੂਸ ਤਾਂ ਹੈ ਨੀ ਵੀ ਤਿੱਤਲੀ ਦਾ ਕੋਈ ਉਹਨੂੰ ਸਵਾਦ ਆ ਵੀ ਜਿਹੜਾ ਉੱਥੇ ਮਿਲਿਆ, ਤੇ ਇੱਥੇ ਤਾਂ ਟਿਕਟ ਵੀ ਹੈ ਨੀਗੀ ਜਿਸ ਜਿਹਦੀ ਖਾਤਰ ਤਿੱਤਲੀ ਉੱਠ ਕੇ ਉੱਧਰ ਜਾਵੇ। ਬਾਕੀ ਜਿਹੜਾ ਕਹਿਣ ਦੀਆਂ ਗੱਲਾਂ ਉਹ ਤਾਂ ਮੈਨੂੰ ਪਤਾ ਹੀ ਆ, ਮੈਂ ਪਹਿਲਾਂ ਹੀ ਸੋਚ ਕੇ ਬੈਠਾ ਵੀ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਫੇਸ ਤਾਂ ਕਰਨੀਆਂ ਪੈਂਦੀਆਂ, ਪਰ ਮੇਰਾ ਜਿਹੜਾ ਮੇਰਾ ਇਮਾਨਦਾਰੀ ਦਾ ਡੈਡੀਕੇਸ਼ਨ ਦਾ ਜਿਹੜਾ ਉਹ ਮੈਂ ਉਹੀ ਪ੍ਰੂਵ ਕਰੂੰਗਾ ਜਦੋਂ ਵੀ ਮੈਨੂੰ ਮੌਕਾ ਮਿਲਿਆ। ਜਿਵੇਂ ਐਜ਼ ਏ ਬਤੌਰ ਤੁਹਾਨੂੰ DHO ਇੱਕ ਧਾਕੜ ਅਫਸਰ ਦਾ ਨਾਮ ਦੇ ਦਿੱਤਾ ਗਿਆ ਸੀ, ਕੀ ਲੱਗਦਾ ਹੁਣ ਸਿਆਸਤ ਦੇ ਵਿੱਚ ਵੀ ਅਜਿਹਾ ਕੁਝ ਤੁਹਾਨੂੰ ਦੇਣਗੇ ਲੋਕ, ਉਹੀ ਲੋਕ ਜਿਹੜੇ ਤੁਹਾਨੂੰ ਪਿਆਰ ਕਰਦੇ ਸੀਗੇ? ਦੇਖੋ ਸਰ ਇਹ ਚੀਜ਼ ਬਾਰੇ ਮੈਂ ਕੋਈ ਗਰੰਟੀ ਨਹੀਂ ਦਿੰਦਾ, ਪਰ ਮੈਂ ਜਦੋਂ ਵਰਕ ਕਰੂੰਗਾ, ਜਦੋਂ ਪ੍ਰੂਵ ਕਰੂੰਗਾ ਕਿਤੇ ਵੀ ਜਦੋਂ ਵੀ ਮੈਨੂੰ ਮੌਕਾ ਮਿਲਦਾ, ਤਾਂ ਓਬਵੀਅਸਲੀ ਲੋਕਾਂ ਦਾ ਪਿਆਰ ਮਿਲੂਗਾ, ਕਿਉਂਕਿ ਇਨ ਬਿਟਵੀਨ ਜੋ ਵੀ ਕਿਸੇ ਨੂੰ ਫੀਲ ਹੁੰਦਾ ਉਹ ਸਾਰਾ ਕੁਛ ਜਦੋਂ ਲੱਗੇਗਾ ਵੀ ਇਹ ਤਾਂ ਉਸੇ ਡੈਡੀਕੇਸ਼ਨ ਨਾਲ ਕੰਮ ਕਰਦਾ, ਕੋਈ ਲਾਲਚ ਨੂੰ ਜਾਂ ਕਿਸੇ ਹੋਰ ਗੱਲ ਕਰਕੇ ਨਹੀਂ ਇਹ ਰਾਜਨੀਤੀ 'ਚ ਆਇਆ, ਸੇਵਾ ਭਾਵ ਨਾਲ ਹੀ ਆਇਆ, ਤਾਂ ਜਦੋਂ ਸੇਵਾ ਭਾਵ ਹੀ ਸਾਬਤ ਕਰੂੰਗਾ ਤਾਂ ਓਬਵੀਅਸਲੀ ਨਹੀਂ ਲੱਗੂਗਾ ਉਹਨਾਂ ਨੂੰ ਇੱਦਾਂ ਦਾ, ਉਹਨਾਂ ਨੂੰ ਇਹੀ ਲੱਗੂਗਾ ਵੀ ਆਨੈਸਟ ਹੈ,
ਜੇ ਧਾਕੜ ਅਫਸਰ ਦੀ ਗੱਲ ਆ, ਉਹ ਮੈਂ ਧਾਕੜ ਅਫਸਰ ਆਪਣੇ ਆਪ ਨੂੰ ਤਾਂ ਕੋਈ ਨੀ ਖਿਤਾਬ ਦਿੱਤਾ, ਸਮਾਜ ਨੇ ਲੋਕਾਂ ਨੇ ਦਿੱਤਾ ਸੀ, ਕਿਉਂਕਿ ਲੋਕਾਂ ਦੀ ਲਈ ਲੋਕਾਂ ਦੇ ਵਾਸਤੇ ਉਹ ਕੰਮ ਕੀਤਾ ਸੀ ਫੂਡ ਦਾ, ਔਰ ਬਿਲਕੁਲ ਓਨੈਸਟਲੀ ਕੀਤਾ ਜੀ। ਲਾਸਟ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੋਗੇ ਸਰ ਲੋਕਾਂ ਨੂੰ? ਨਹੀਂ, ਲੋਕਾਂ ਨੂੰ ਮੈਂ ਬਤੌਰ ਇਹੀ ਕਹਿਣਾ ਚਾਹੂੰਗਾ ਵੀ ਸਾਡੇ ਤੇ ਜਿੱਦਾਂ ਜਿੱਥੇ ਵੀ ਫੂਡ ਦਾ ਕੰਮ ਕੀਤਾ ਓਨੈਸਟਲੀ ਕੀਤਾ, ਇੱਕ ਤਾਂ ਉਸ ਪਾਰਟ ਤੇ ਕਹੂੰਗਾ ਵੀ ਅਵੇਅਰਨੈਸ ਵਾਲਾ ਪਾਰਟ ਜਿਹੜਾ ਮੈਂ ਰਿਹਾ ਵੀ ਅਵੇਅਰਨੈਸ ਹੀ ਬਚਾਇਆ। ਦੂਜੀ ਗੱਲ ਜੇ ਰਾਜਨੀਤਿਕ ਖੇਤਰ 'ਚ ਆ ਤਾਂ ਉਹਦੇ 'ਚ ਮੈਂ ਇਹੀ ਕਹਿਣਾ ਚਾਹੂੰਗਾ ਵੀ ਜੇ ਕੋਈ ਰਾਜਨੀਤਿਕ ਖੇਤਰ 'ਚ ਵੀ ਜਾਂਦਾ ਹੈ ਜਾਂ ਜਾਣਾ ਚਾਹੁੰਦਾ ਹੈ ਤਾਂ ਉਹਦੇ 'ਤੇ ਉਹਨੂੰ ਬੈਨੀਫਿਟ ਆਫ ਡਾਊਟ ਜ਼ਰੂਰ ਦਿੱਤਾ ਜਾਣਾ ਚਾਹੀਦਾ ਵੀ ਸ਼ਾਇਦ ਇਹ ਸੱਚੀ ਮੁੱਚੀ ਜਿੱਦਾਂ ਐਜ਼ ਅ ਆਫਿਸਰ ਇਹਨੇ ਕੰਮ ਕੀਤਾ ਇਹ ਹੁਣ ਵੀ ਇੱਦਾਂ ਹੀ ਕਰੂਗਾ ਬਾਅਦ 'ਚ, ਬਸ਼ਰਤੇ ਕਿ ਇਹਨੂੰ ਮੌਕਾ ਮਿਲੇ। ਤੇ ਸਾਡੀ ਸੋਚ ਮੁਤਾਬਕ ਨਹੀਂ ਚੱਲਦਾ ਸਭ ਕੁਛ ਹੁੰਦਾ ਵੀ ਅਸੀਂ ਸੋਚ ਜੋ ਸੋਚਦੇ ਹਾਂ ਅਸੀਂ ਜਾਂ ਜੋ ਖਿਤਾਬ ਅਸੀਂ ਦੇ ਦਈਏ ਉਹਦੇ ਮੁਤਾਬਕ ਹੀ ਕਿਸੇ ਨੂੰ ਬੁਰਾ ਕਹਿ ਦਈਏ ਜਾਂ ਚੰਗਾ ਇੱਦਾਂ। ਜੀ ਜੀ, ਥੈਂਕ ਯੂ ਸਰ, ਥੈਂਕ ਯੂ। ਤਾਂ ਬਿਲਕੁਲ ਜੀ, ਅਸੀਂ ਗੱਲਬਾਤ ਕੀਤੀ ਹੈ DHO ਲਖਬੀਰ ਸਿੰਘ ਉਹਨਾਂ ਦੇ ਨਾਲ, ਜਿਨ੍ਹਾਂ ਨੇ ਹੁਣ ਕਾਂਗਰਸ ਪਾਰਟੀ ਦਾ ਪੱਲਾ ਫੜ ਲਿੱਤਾ। ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਸੀ ਤਾਂ ਮੈਨੂੰ ਬੜੇ ਵਾਅਦੇ ਕੀਤੇ ਗਏ ਸੀ, ਬੜਾ ਕੁਝ ਕਿਹਾ ਗਿਆ ਸੀ, ਪਰ ਜਿਹੜਾ ਬਣਦਾ ਮਾਨ ਸਤਿਕਾਰ ਸੀ ਉਹ ਮੈਨੂੰ ਅਕਾਲੀ ਦਲ ਪਾਰਟੀ ਦੇ ਵੱਲੋਂ ਨਹੀਂ ਦਿੱਤਾ ਗਿਆ, ਇਸ ਕਰਕੇ ਮੈਂ ਕਾਂਗਰਸ ਪਾਰਟੀ ਦਾ ਪੱਲਾ ਫੜ ਲਿੱਤਾ। ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਕੀ ਉਹਨਾਂ ਨੂੰ ਕੋਈ ਅਜਿਹਾ ਅਹੁਦਾ ਦਿੰਦੀ ਹੈ, ਜਾਂ ਉਹ ਕਾਂਗਰਸ ਪਾਰਟੀ ਦੇ ਵਿੱਚ ਟਿੱਕੇ ਰਹਿੰਦੇ ਨੇ, ਜਾਂ ਫਿਰ ਕਾਂਗਰਸ ਪਾਰਟੀ ਵੀ ਜੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੰਦੀ, ਜਾਂ ਕਾਂਗਰਸ ਪਾਰਟੀ ਨੂੰ ਵੀ ਛੱਡ ਕੇ ਕਿਸੇ ਹੋਰ ਪਾਰਟੀ ਦਾ ਪੱਲਾ ਫੜ ਲੈਂਦੇ ਨੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ, ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ, ਪਾਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ, ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ, ਵੋਟਿੰਗ ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ। ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਈਏ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।